ਲੰਘੇ ਕੱਲ੍ਹ ਚੋਣ ਪ੍ਰਚਾਰ ਸਮਾਪਤ ਹੋ ਜਾਂਦਾ, ਚੋਣ ਪ੍ਰਚਾਰ ਦੀ ਸਮਾਪਤੀ ਹੁੰਦੀ ਹੈ ਅਤੇ ਉਡੀਕ ਹੁੰਦੀ ਹੈ ਵੋਟਾਂ ਪੈਣ ਦੀ, ਵੋਟਾਂ ਤੋਂ ਬਾਅਦ ਨਤੀਜੇ ਆਉਣ ਦੀ। ਜਲੰਧਰ ਦੀ ਜ਼ਿਮਨੀ ਚੋਣ, ਜਲੰਧਰ ਪੱਛਮੀ ਸੀਟ 'ਤੇ ਜ਼ਿਮਨੀ ਚੋਣ ਹੈ, ਜਿਸ 'ਤੇ ਲਗਾਤਾਰ ਜਿਹੜੇ ਲੀਡਰ ਨੇ ਉਹ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਲੋਕਾਂ 'ਚ ਵਿਚਰੀਏ, ਲੋਕਾਂ 'ਚ ਵਿਚਰ ਕੇ ਲੋਕਾਂ ਦਾ ਭਰੋਸਾ ਹਾਸਲ ਕਰ ਸਕੀਏ, ਵੋਟ ਹਾਸਲ ਕਰ ਸਕੀਏ। ਸੀਨੀਅਰ ਲੀਡਰਸ਼ਿਪ ਜਲੰਧਰ ਦੇ ਵਿੱਚ ਆ ਢੁੱਕੀ ਸੀ ਔਰ ਉਸੇ ਲੀਡਰਸ਼ਿਪ ਦੇ ਵਿੱਚ CM ਭਗਵੰਤ ਮਾਨ ਆਪਣੇ ਪਰਿਵਾਰ ਸਣੇ ਵੀ ਸ਼ਾਮਿਲ ਸੀ। CM ਭਗਵੰਤ ਮਾਨ ਜਲੰਧਰ ਪਹੁੰਚ ਜਾਂਦੇ ਨੇ, ਕਿਰਾਏ ਦਾ ਘਰ ਲੈ ਲੈਂਦੇ ਨੇ, ਉੱਥੇ ਸਮੂਹ ਪਰਿਵਾਰ ਜਿਹੜਾ ਉਸ ਘਰ ਦੇ ਵਿੱਚ ਰਹਿੰਦਾ, ਸਾਰਾ ਪਰਿਵਾਰ ਉੱਥੇ ਰਹਿੰਦਾ। ਔਰ CM ਭਗਵੰਤ ਮਾਨ ਲੰਘੇ ਕੱਲ੍ਹ ਇੱਕ ਆਖਰੀ ਵਾਰ ਪ੍ਰਚਾਰਕ ਤੌਰ ਦੇ ਉੱਤੇ ਲੋਕਾਂ 'ਚ ਵਿਚਰ ਰਹੇ ਸੀ। ਚੋਣ ਪ੍ਰਚਾਰ ਦੇ ਵਾਸਤੇ ਲੋਕਾਂ ਦੇ ਵਿੱਚ ਵਿਚਰਦਿਆਂ CM ਭਗਵੰਤ ਮਾਨ ਨੇ ਇੱਕ ਵਾਰਤਾ ਕੀਤੀ, ਲੋਕਾਂ ਦੇ ਸਾਹਮਣੇ ਆਪਣੇ ਪੱਖ ਰੱਖੇ। ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ, ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਆਪ ਮਹਾਰੀ ਹੋ ਗਿਆ, ਅਚਾਨਕ ਹੋ ਗਿਆ। ਔਰ ਇਸ ਜ਼ਿਕਰ ਦੇ ਵਿੱਚ ਜਦੋਂ CM ਭਗਵੰਤ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ ਕੁਝ ਗੱਲਾਂ ਕੀਤੀਆਂ ਤਾਂ ਸੁਭਾਵਿਕ ਸੀ ਕਿ ਉਸ ਥਾਂ ਦੇ ਉੱਤੇ ਹਾਸਾ ਪੈ ਜਾਵੇ, ਉਸ ਥਾਂ ਦੇ ਉੱਤੇ ਲੋਕ ਹੱਸ ਹੱਸ ਲੋਟ ਪੋਟ ਹੋ ਜਾਣ। ਪਰ ਇਹੋ ਜਿਹੀ ਗੱਲ CM ਭਗਵੰਤ ਮਾਨ ਨੇ ਕਿਹੜੀ ਕਹਿ ਦਿੱਤੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਦੇ ਵਿੱਚ ਕਿ ਅਚਾਨਕ ਲੋਕ ਜਿਹੜੇ ਨੇ ਉਹ ਹੱਸਣੋਂ ਗਰੇਜ਼ ਨਹੀਂ ਕਰ ਸਕੇ। ਇੱਕ ਪਾਸੇ ਤਾਂ ਸਥਿਤੀ ਸਾਫ਼ ਜ਼ਾਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਲੰਧਰ ਪੱਛਮੀ ਸੀਟ ਦੇ ਉੱਤੇ ਕਿਸ ਤਰ੍ਹਾਂ ਵਿਚਰਦਾ ਪਿਆ, ਔਰ ਦੂਜੇ ਪਾਸੇ ਇਸੇ ਚੀਜ਼ ਨੂੰ ਇਲੈਬੋਰੇਟ ਕੀਤਾ CM ਭਗਵੰਤ ਮਾਨ ਨੇ। ਕੀ ਕੁਝ ਬੋਲੇ ਨੇ, ਆਓ ਸੁਣਦੇ ਹਾਂ। ਸੋ ਵੀਰੋ, ਅਸੀਂ ਜਜ਼ਬਾਤੀ ਲੋਕ ਹਾਂ, ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਹਾਂ, ਅਸੀਂ ਤਿਕੜਮਬਾਜ਼ ਲੋਕ ਨਹੀਂ ਹੈਗੇ ਵੀ ਸੱਟੇਬਾਜ਼, ਜੂਏਬਾਜ਼, ਫਲਾਨੇਬਾਜ਼। ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕ ਹਾਂ, ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ, ਆਨੰਦ ਮਾਣੀਏ। ਸੋ ਮੈਂ ਇਸ ਮੌਕੇ 'ਤੇ ਅੱਜ, ਮੈਨੂੰ ਮੇਰੇ ਤੋਂ ਅੱਧਾ ਘੰਟਾ ਰਹਿ ਗਿਆ ਪ੍ਰਚਾਰ 'ਚ, ਉਹ ਤਾਂ ਚਲੇ ਗਏ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਜਿਹੜੇ ਕਾਂਗਰਸੀ ਅਤੇ ਅਕਾਲੀ ਦੋਨੇ ਚਲੇ ਗਏ। ਉਹ ਤਾਂ ਕਹਿੰਦੇ ਬਸ ਸਾਡਾ ਤਾਂ ਕੰਮ ਖਤਮ ਹੋ ਗਿਆ। ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ, ਮੈਂ ਗਲੀਆਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਊ। ਸੁਖਬੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆ, ਆਪ ਹਾਥੀ 'ਤੇ ਚੜਿਆ ਫਿਰਦਾ, ਪਤਾ ਹੀ ਨਹੀਂ ਕੀ ਹੋ ਰਿਹਾ। ਐਂ ਕਾਂਗਰਸੀਆਂ ਦਾ ਕੰਮ ਹੋ ਗਿਆ, ਕੋਈ ਇੱਧਰ ਫਿਰਦਾ, ਕੋਈ ਉੱਧਰ ਫਿਰਦਾ। ਜੇ ਕੰਮ ਹੋ ਸਕਦਾ ਤਾਂ ਮਹਿੰਦਰ ਭਗਤ ਕਰ ਸਕਦਾ, ਸਾਊ ਬੰਦਾ। ਅਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ, ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ। Subscribe to One India channel and never miss an update.